ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਊਂਗੇ, ਚੜ੍ਹਦੀ ਕਲਾ 'ਚ ਹੋਊਂਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ, ਅੱਜ ਦੇ ਟੂਰਨਾਮੈਂਟ ਅੱਜ ਫਿਰ ਸਿਰਾ ਹੋਣ ਜਾ ਰਿਹਾ, ਅੱਜ ਫਿਰ ਰੌਣਕਾਂ ਲੱਗਣੀਆਂ, ਅੱਜ ਬੁਲਟ ਮੋਟਰਸਾਈਕਲ ਆ ਬੈਸਟਾਂ ਨੂੰ, ਖਿਡਾਰੀ ਵੀ ਟੌਪ ਦੇ ਹੀ ਖੇਡ ਰਹੇ ਆ, ਜੋ ਪੱਕਾ ਖੇਡ ਰਹੇ ਆ ਨਾ ਉਹਨਾਂ ਬਾਰੇ ਵੀ ਦੱਸਾਂਗੇ, ਅਤੇ ਜਿਹੜੇ ਪਹੁੰਚ ਸਕਦੇ ਆ ਉਹਨਾਂ ਬਾਰੇ ਵੀ ਅਪਡੇਟ ਦੇਵਾਂਗੇ, ਕਿਉਂਕਿ ਇੱਕ ਦੋ ਦਿਨ ਪਹਿਲਾਂ ਵੀਡੀਓ ਬਣੀ ਹੁੰਦੀ ਹੈ ਟੂਰਨਾਮੈਂਟਾਂ ਦੀ, ਤਾਂ ਕਿ ਤੁਹਾਨੂੰ ਸਵੇਰੇ ਜਲਦੀ ਮਿਲ ਜਾਏ 7 ਵਜੇ ਵੀਡੀਓ, ਤਾਂ ਕਰਕੇ ਇੱਕ ਦਿਨ ਪਹਿਲਾਂ ਬਣਾਉਣੀ ਪੈਂਦੀ ਆ। ਤਾਂ ਤੁਹਾਨੂੰ ਵੀ ਪਤਾ ਵੀ ਉਦੋਂ ਤਾਂ ਕੁਛ ਵੀ ਕਲੀਅਰ ਨਹੀਂ ਹੁੰਦਾ, ਕਿਉਂਕਿ ਅੱਜ ਤਾਂ ਯਾਰ ਟਾਈਮ 'ਤੇ ਕਈ ਯਾਰ ਪਲੇਅਰਾਂ ਬਦਲ ਜਾਂਦੇ ਆ, ਨਹੀਂ ਆ ਪਾਉਂਦੇ, ਤਾਂ ਕਰਕੇ ਉਹ ਚੀਜ਼ ਹੋ ਜਾਂਦੀ ਆ। ਬਾਕੀ ਫਿਰ ਵੀ ਕੋਸ਼ਿਸ਼ ਕਰਾਂਗੇ ਅਪਡੇਟ ਦੇਣ ਦੀ, ਨਵੇਂ ਆਏ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਕਬੱਡੀ ਦੀਆਂ ਵੀਡੀਓ ਤੁਹਾਡੇ ਤਾਂ ਹੀ ਪਹੁੰਚਦੀਆਂ ਰਹਿਣੀਆਂ ਅਤੇ ਪਾਉਂਦੇ ਹੀ ਰਹਿੰਦੇ ਆਪਾਂ ਕਬੱਡੀ ਦੀਆਂ, ਤਾਂ ਕਰਕੇ ਸਬਸਕ੍ਰਾਈਬ ਲਾਲ ਜਿਹਾ ਕਲਰ ਸਾਰੇ ਨੱਪ ਕੇ ਜਾਇਓ। ਪਹਿਲਾ ਟੂਰਨਾਮੈਂਟ ਕਾਨੇਵਾਲੀ ਦੇ ਵਿੱਚ, ਅੱਜ 85 ਕਿਲੋ ਦੇ ਮੈਚ ਆ ਮੁਕਤਸਰ ਇਲਾਕੇ 'ਚ, ਟੌਪ ਦਾ ਮੇਲਾ ਅਤੇ 21 ਅਤੇ 15 ਹਜ਼ਾਰ ਆ ਪਹਿਲਾ ਅਤੇ ਦੂਜਾ ਇਨਾਮ, ਟੌਪ ਦੇ ਖਿਡਾਰੀ ਇਸ ਮੇਲੇ 'ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ। ਮਾਣਕ ਫਗਵਾੜੇ ਇਲਾਕੇ 'ਚ ਵੀ ਟੌਪ ਦਾ ਮੇਲਾ ਹੋਣਾ ਅੱਜ, ਉਹ ਵੀ ਜੋ ਹੈ ਵੱਡਾ ਕਬੱਡੀ ਕੱਪ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ, ਜਿੱਥੇ ਸਿਰੇ ਦੇ ਖਿਡਾਰੀ ਸਿਰੇ ਦੀਆਂ ਟੀਮਾਂ ਬਣ ਕੇ ਅੱਜ ਇਸ ਮੇਲੇ 'ਤੇ ਵੀ ਮਾਣਕ ਫਗਵਾੜੇ ਦੇ ਕੱਪ 'ਤੇ ਵੀ ਦੇਖਣ ਨੂੰ ਮਿਲਣੀਆਂ। ਅੱਜ ਸੁਪਰ ਕਬੱਡੀ ਕੱਪ ਆ ਜੋ ਕਿਸ਼ਨਪੁਰ ਕਲਾਂ ਮੋਗੇ ਇਲਾਕੇ ਦਾ, ਇਹ ਇਸ ਵਾਰ ਨਹੀਂ ਇਕੱਲਾ, ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਮੇਰੇ ਵੀਰੋ, ਹਰ ਵਾਰੀ ਸਿਰਾ ਹੁੰਦਾ, ਹਰ ਵਾਰੀ ਵੱਖਰੇ ਇਨਾਮ ਰੱਖੇ ਜਾਂਦੇ ਆ। ਇਸ ਵਾਰ ਵੀ ਟੌਪ ਦਾ ਮੇਲਾ, ਜਿੱਥੇ 3 ਖਿਡਾਰੀ ਬਾਹਰੋਂ ਆ, 1,11,000, 111 ਪਹਿਲਾ ਇਨਾਮ ਆ, ਦੂਜਾ ਇਨਾਮ 77,000, 777 ਆ, ਅਤੇ ਟੌਪ ਦਾ ਜੋ ਹੈ ਇਹ ਮੇਲਾ ਅੱਜ ਟੂਰਨਾਮੈਂਟ ਤੁਹਾਨੂੰ ਦੇਖਣ ਨੂੰ ਮਿਲਣਾ। ਬੈਸਟਾਂ ਨੂੰ ਬੁਲਟ ਮੋਟਰਸਾਈਕਲ ਆ, ਟੌਪ ਟੌਪ ਦੇ ਖਿਡਾਰੀ, ਮੈਂ ਕਹਾਂ ਵੀ ਟੌਪ ਦੇ ਮਾਲ ਅੱਜ ਤੁਹਾਨੂੰ ਇਸ ਮੇਲੇ 'ਤੇ ਦੇਖਣ ਨੂੰ ਮਿਲਣੇ ਆ। ਸਿਰਾ ਹੋਣਾ ਇੱਥੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ, ਅਤੇ ਸਨਮਾਨ ਕਿਹਦਾ ਹੋਣਾ? ਸਨਮਾਨ ਮੇਰੇ ਵੀਰੋ ਕਮੈਂਟੇਟਰ ਰੁਪਿੰਦਰ ਜਲਾਲ ਨੂੰ ਥਾਰ ਦਿੱਤੀ ਜਾਣੀ ਆ, ਥਾਰ ਗੱਡੀ ਨਾਲ ਵੱਡਾ ਸਨਮਾਨ ਹੋਣਾ ਭਰਾ ਦਾ। ਉਸ ਬਾਈ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਇਹ ਸਨਮਾਨ ਵੀ ਮੇਰੇ ਵੀਰੋ ਕਰਮ ਵਾਲਿਆਂ ਦੇ ਹੀ ਹੁੰਦੇ ਆ। ਅੱਜ ਇੱਥੇ ਖਿਡਾਰੀਆਂ ਦੀ ਗੱਲ ਕਰੀਏ ਨਾ, ਸਾਰੇ ਟੌਪ ਦੇ ਆ ਰਹੇ ਆ, ਪੱਕੇ ਖਿਡਾਰੀ ਆ ਮੇਰੇ ਵੀਰੋ। ਮਾਨ ਸਿੰਘ ਦੜਬੇ ਵਾਲੀ ਟੀਮ ਜਾਣੀ ਕਿ ਟੌਪ ਦੀ ਬਣ ਕੇ ਪਹੁੰਚ ਰਹੀ ਹੈ ਇੱਥੇ। ਰੁਪਿੰਦਰ ਦੋਦੇ ਵਾਲਾ ਵੀ ਦੇਖਣ ਨੂੰ ਮਿਲ ਸਕਦਾ, ਉਹਦਾ ਪੱਕਾ ਨਹੀਂ ਕਲੀਅਰ, ਗੁਰਵਿੰਦਰ ਘਾਂਗੇ ਵਾਲਾ ਵੀ ਆ ਸਕਦਾ। ਅੱਜ ਸਿਰਾ ਹੋਣਾ ਇੱਥੇ, ਫਰਿਆਦ ਨੇ ਤਾਂ ਨਹੀਂ ਖੇਡਣਾ, ਬਾਕੀ ਤੁਹਾਨੂੰ ਦੱਸ ਦਿੰਦਾ ਵੀ ਅੱਜ ਟੌਪ ਦੀਆਂ ਟੀਮਾਂ ਸਪੋਂਸਰ ਆ, ਗੱਲਬਾਤ ਹੋਈ ਆ ਵੀ ਐਂਡ ਟੀਮਾਂ ਬਣ ਕੇ ਇਸ ਮੇਲੇ 'ਤੇ ਅੱਜ ਪਹੁੰਚਣਗੀਆਂ। ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਮੇਲੇ ਬਾਰੇ। ਹਰਿਆਣੇ 'ਚ ਵੀ 1-2 ਪਲੇਅਰ ਆ ਰਹੇ ਆ, ਤੁਹਾਨੂੰ ਹਰਿਆਣੇ ਦੇ ਖਿਡਾਰੀ ਵੀ ਇੱਥੇ ਦੇਖਣ ਨੂੰ ਮਿਲਣੇ ਆ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ। ਇਹ ਆ ਅੱਜ ਦੇ ਚੋਟੀ ਦੇ ਮੇਲੇ ਮੇਰੇ ਵੀਰੋ, ਚੋਟੀ ਦੇ ਕੱਪ, ਨਵੀਂ ਵੀਡੀਓ ਵਿੱਚ ਮਿਲਾਂਗੇ ਨਵੀਂ ਅਪਡੇਟ ਲੈ ਕੇ। ਧੰਨਵਾਦ।